ਅਸਲਾਮੁਅਲੈਕਮ ਸਿਆਸੀ ਡੇਰਾ ਤੇ ਖੁਸ਼ਮਦ ਦੇ ਤੇ ਹਜ਼ੂਰ ਹੰਗਾਮਾ ਹੈ ਕਿਉਂ ਵਰਪਾ ਇਹ ਕੀ ਹੰਗਾਮਾ ਵਰਪਾ ਹੋ ਗਿਆ ਸਮਝ ਦੀ ਗੱਲ ਨਹੀਂ ਆਂਦੀ ਤੁਸੀਂ ਅੰਦਾਜ਼ਾ ਲਾਓ ਆਪਣੇ ਹੀ ਬੰਦੇ ਆਪਣਿਆਂ ਦੀਆਂ ਗਰਦਰਾਂ ਕੱਟ ਰਹੇ ਨੇ ਆਪਣੇ ਲੋਕ ਆਪਣੇ ਮੁਸਲਮਾਨ ਇੱਕ ਦੂਜੇ ਨੂੰ ਮਾਰ ਰਹੇ ਨੇ ਪਾਕਿਸਤਾਨ ਦੇ ਵਿੱਚ ਇੱਕ ਦੂਜੇ ਨੂੰ ਪਤਾ ਨਹੀਂ ਕੀ ਕੀ ਇਕਰਾਰ ਦੇ ਰਹੇ ਨੇ ਇੱਕ ਦੂਜੇ ਨੂੰ ਕਾਫਰ ਕਰਾਰ ਦੇ ਰਹੇ ਨੇ ਇੱਕ ਦੂਜੇ ਨੂੰ ਪਤਾ ਨਹੀਂ ਕਾਦਿਆ ਨਹੀਂ ਕਰਾਰ ਦੇ ਰਹੇ ਨੇ ਇੱਕ ਦੂਜੇ ਨੂੰ ਪਤਾ ਨਹੀਂ ਕੀ ਕੀ ਇਕਰਾਰ ਦੇ ਰਹੇ ਨੇ ਇੱਕ ਐਸੀ ਸੁਸਾਇਟੀ ਹੈ ਇਹਦੀ ਬੁਨਿਆਦ ਕਿਸ ਰੱਖੇ ਇਸ ਤੋਂ ਪਹਿਲੇ ਅੱਗੇ ਵਧਿਏ ਵੀਡੀਓ ਦੇ ਉੱਪਰ ਇੱਕ ਲਿੰਕ ਹੈ ਉਹਨੂੰ ਕਲਿੱਕ ਕਰਕੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਹਜ਼ੂਰ ਇਹ ਜਿਹੜੀ ਗੰਦਗੀ ਹੈ ਇਹ ਜਿਹੜੀ ਦਸ਼ਤਗਰਦੀ ਹੈ ਇਹ ਜਿਹੜੇ ਟੋਲੇ ਬਣਾਏ ਜਾਂਦੇ ਨੇ ਕੌਣ ਬਣਾਉਂਦਾ ਮੈਂ ਦੱਸਣਾ ਤੁਹਾਨੂੰ ਤਾਲਬਾਨ ਕਿਨੇ ਬਣਾਏ ਜ਼ਿਆਉਲ হক ਨੇ ਜ਼ਿਆਉਲ হক ਨੇ ਇਸ ਪਾਕਿਸਤਾਨ ਦੇ ਵਿੱਚ ਅਮਨ ਪਸੰਦ ਇਸਲਾਮ ਨੂੰ ਪਿੱਛੇ ਕਰਕੇ ਤਸ਼ੱਦਦ ਵਾਲਾ ਇਸਲਾਮ ਜਿਹੜਾ ਮੁਤਾਰਫ ਕਰਾਇਆ ਔਰ ਡੰਡੇ ਦੀ ਜ਼ੋਰ ਤੇ ਮੁਤਾਰਫ ਕਰਾਇਆ ਔਰ ਉਹਨਾਂ ਤਾਲਬਾਨਾਂ ਨੂੰ ਕਿੰਨੀਆਂ ਦਹਾਕੀਆਂ ਅਸੀਂ ਭੁਗਤਿਆ ਕਿੰਨੇ ਸਾਲ ਅਸੀਂ ਭੁਗਤਿਆ 80 ਹਜ਼ਾਰ ਤੋਂ ਜ਼ਿਆਦਾ ਸ਼ਹੀਰੀ ਸ਼ਹੀਦ ਕੀਤੇ ਉਹਨਾਂ ਤਾਲਬਾਨਾਂ ਨੇ ਪਾਕਿਸਤਾਨ ਦਾ ਤੇ ਪਤਾ ਨਹੀਂ ਕਿੰਨੇ ਹਜ਼ਾਰ ਸਾਡੇ ਫੌਜੀ ਅਫਸਰ ਸ਼ਹੀਦ ਹੋਏ 100 ਅਰਬ ਡਾਲਰ ਦਾ ਨੁਕਸਾਨ ਹੋਇਆ ਪਾਕਿਸਤਾਨ ਨੂੰ ਉਹ ਰਿਕਸਾ ਔਰਬ ਡਾਲਰ ਪਾਕਿਸਤਾਨ ਦੀ ਆਵਾਮ ਤੇ ਲੱਗਾ ਹੁੰਦਾ ਤੇ ਸ਼ਾਇਦ ਅਸੀਂ ਅਮਰੀਕਾ ਕੈਨੇਡਾ ਤੱਕ ਪਹੁੰਚ ਜਾਂਦੇ ਉਸ ਤੋਂ ਬਾਅਦ ਅੱਗੇ ਟੁਰੋ ਐਮਕਮ ਨੂੰ ਕਿਸ ਬਣਾਇਆ ਐਮਕਮ ਨੂੰ ਵੀ ਉਹਨਾਂ ਹੀ ਬਣਾਇਆ ਜਿੰਨਾ ਤਾਲਬਾਨ ਬਣਾਏ ਸੀ ਕਿੰਨੇ ਸਾਲ ਸੈਂਕੜਿਆਂ ਦੇ ਹਿਸਾਬ ਨਾਲ ਡੇਲੀ ਲਾਸ਼ਾਂ ਗਿਰਦੀਆਂ ਰਹੀਆਂ ਕਰਾਚੀ 'ਚ ਲੇਕਿਨ ਕੋਈ ਟਸ ਤੋਂ ਮਸ ਨਹੀਂ ਆਇਆ ਕਿਸੇ ਬੰਦੇ ਨੇ ਉਫ ਤੱਕ ਨਹੀਂ ਕੀਤੀ ਕਿਉਂਕਿ ਇਹ ਵੀ ਉਹਨਾਂ ਹੀ ਬਣਾਏ ਸੀ ਜਿੰਨਾ ਤਾਲਿਬਾਨ ਬਣਾਏ ਸੀ ਕਿਉਂ ਬਣਾਏ ਸੀ ਆਪਣਾ ਟੈਕਾ ਔਰ ਆਪਣੀ ਤਾਕਤ ਰੱਖ ਕੇ ਸਾਈਡ ਤੇ ਬੈਠੇ ਸੀ ਕਿ ਜਿੱਥੇ ਹੀ ਬੈਨਜ਼ੀਰ ਨਵਾਜ਼ ਸ਼ਰੀਫ ਜਾਂ ਜ਼ਰਦਾਰੀ ਜਾਂ ਕੋਈ ਵੀ ਵਜ਼ੀਰ ਆਜ਼ਮ ਜਿੱਥੇ ਉਹਨਾਂ ਦੀ ਗੱਲ ਨਾ ਮੰਨੇ ਇਹਨਾਂ ਕੋਲ ਹੜਤਾਲ ਕਰਾ ਦਿਓ ਕਤਲਗਰਦ ਸ਼ੁਰੂ ਕਰਾ ਦਿਓ ਇਹ ਉਹ ਗੱਲਾਂ ਨੇ ਜਿਹੜੀਆਂ ਸੱਚੀਆਂ ਔਰ ਹਕਕੀਆਂ ਨੇ ਇਹ ਰਿਆਸਤ ਦੀ ਕਰੈਕਸ਼ਨ ਦੀ ਗੱਲ ਮੈਂ ਕਰ ਰਿਹਾ ਕਿ ਰਿਆਸਤ ਨੇ ਗਲਤੀਆਂ ਕਿੱਥੇ ਕੀਤੀਆਂ ਉਸ ਤੋਂ ਬਾਅਦ ਜਰਾਤ ਸਿਪਾਹ ਸਾਹਬਾ ਕਿੰਨੇ ਬਣਾਈ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਹਰ ਦੀਵਾਰ ਦੇ ਉੱਤੇ ਪਾਕਿਸਤਾਨ ਦੀ ਹਰ ਦੀਵਾਰ ਦੇ ਉੱਤੇ ਨਾਰੇ ਲਿਖੇ ਹੁੰਦੇ ਸੀ ਕਿ ਫਲਾਣਾ ਮੁਰਦਾਬਾਦ ਤੇ ਫਲਾਣਾ ਮੁਰਦਾਬਾਦ ਫਲਾਣਾ ਕਾਫਰ ਤੇ ਫਲਾਣਾ ਕਾਫਰ ਇਹ ਕਿੰਨੇ ਬਣਾਇਆ ਸਿਪਾ ਸਾਬਾ ਕਿੰਨੇ ਬਣਾਈ ਸਿਪਾ ਸਾਬਾ ਵੀ ਉਹਨੇ ਹੀ ਬਣਾਈ ਜਿਨਨੇ ਤਾਲਬਾਨ ਬਣਾਏ ਸੀ ਜਾਸ਼ੇ ਮੁਹੰਮਦ ਕਿੰਨੇ ਬਣਾਈ ਜਾਸ਼ੇ ਮੁਹੰਮਦ ਵੀ ਉਹਨੇ ਹੀ ਬਣਾਈ ਜਿਨਾਂ ਤਾਲਬਾਨ ਬਣਾਏ ਸੀ ਇਕਾ ਸਿਵਾ ਮੁਹੰਮਦ ਕਿੰਨੇ ਬਣਾਈ ਸਿਵਾ ਮੁਹੰਮਦ ਵੀ ਉਨਾਂ ਹੀ ਬਣਾਈ ਜਿਨ੍ਹਾਂ ਤਾਲਬਾਨ ਬਣਾਏ ਸੀ ਅੱਗੇ ਧਰੋ ਉਸ ਤੋਂ ਬਾਅਦ ਤੁਸੀਂ ਆ ਜਾਓ ਕਾਦਰੀ ਕੈਨੇਡਾ ਵੀ ਬਾਬਾ ਇਹ ਕੈਨੇਡਾ ਵੀ ਬਾਬਾ ਕਿੰਨੇ ਬਣਾਇਆ ਇਹ ਵੀ ਉਨਾਂ ਹੀ ਬਣਾਇਆ ਜਿਨ੍ਹਾਂ ਤਾਲਬਾਨ ਬਣਾਏ ਸੀ ਅੱਗੇ ਆ ਜਾਓ ਇਹ ਪੀਟੀਆਈ ਕਿੰਨੇ ਬਣਾਈ ਇਹ ਪੀਟੀਆਈ ਵੀ ਉਨਾ ਹੀ ਬਣਾਈ ਜਿੰਨਾ ਤਾਲਬਾਨ ਬਣਾਏ ਸੀ ਜਦੋਂ ਪੀਟੀਆਈ ਬਣਾਈ ਗਈ ਨਾ 2010 12 ਤੋਂ ਬਾਅਦ ਦੀ ਗੱਲ ਕਰ ਰਿਹਾ ਪਹਿਲੇ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ ਇਹਦੇ ਚ ਫੋਕਸ ਪਰੇ ਉਨਾ ਹੀ ਪਰੇ ਜਿੰਨਾ ਤਾਲਬਾਨ ਬਣਾਏ ਸੀ ਇਹਦੇ ਕੋਲ ਤਸ਼ੱਦਦ ਕਿੰਨੇ ਕਰਵਾਇਆ ਇਹਦੇ ਕੋਲ ਧਰਨੇ ਕਿੰਨੇ ਕਰਵਾਇਆ ਇਹਦੇ ਕੋਲ ਪੀਟੀਵੀ ਤੇ ਹਮਲਾ ਕਿੰਨੇ ਕਰਵਾਇਆ ਇਹਦੇ ਕੋਲ ਥਾਣਿਆਂ ਤੇ ਹਮਲੇ ਕਿੰਨੇ ਕਰਵਾਇਆ ਇਹਦੇ ਕੋਲ ਬਿਜਲੀ ਦੇ ਬਿੱਲ ਕਿੰਨੇ ਜਲਵਾਇਆ ਇਹ ਤੋਂ ਪਾਰਲੀਮੈਂਟ ਤੇ ਹਮਲਾ ਕਿੰਨੇ ਕਰਵਾਇਆ ਉਹਨੇ ਹੀ ਕਰਵਾਇਆ ਜਿਨ੍ਹਾਂ ਤਾਲਬਾਨ ਬਣਾਏ ਸੀ ਅੱਗੇ ਟੋੜੋ ਟੀਐਲਪੀ ਕਿੰਨੇ ਬਣਾਈ ਟੀਐਲਪੀ ਨੂੰ ਬਣਾਉਣ ਦਾ ਮਕਸਦ ਕੀ ਸੀ ਜਦੋਂ ਨਵਾਜ਼ ਸ਼ਰੀਫ ਨੇ ਤਾਲਬਾਨ ਦਾ ਖਾਤਮਾ ਕਰ ਦਿੱਤਾ ਜਦੋਂ ਨਵਾਜ਼ ਸ਼ਰੀਫ ਨੇ ਅਲਤਾਫ ਹੁਸੈਨ ਔਰ ਐਮਕੇਐਮ ਦਾ ਖਾਤਮਾ ਕਰ ਦਿੱਤਾ ਆਪਰੇਸ਼ਨ ਦੇ ਜ਼ਰੀਏ ਫਿਰ ਇੱਕ ਹੋਰ ਐਮਕੇਐਮ ਚਾਹੀਦੀ ਸੀ ਉਹਨੂੰ ਕਿੰਨੇ ਖੜਾ ਕੀਤਾ ਜਿੰਨਾ ਤਾਲਬਾਨ ਬਣਾਏ ਸੀ ਉਹਨੂੰ ਖੜਾ ਕਰਕੇ ਕਿਹਦੇ ਖਿਲਾਫ ਇਸਤੇਮਾਲ ਕੀਤਾ ਜਿੰਨੇ ਤਾਲਬਾਨ ਨੂੰ ਖਤਮ ਕੀਤਾ ਸੀ ਉਹ ਕੌਣ ਸੀ ਨਵਾਜ਼ ਸ਼ਰੀਫ ਨਵਾਜ਼ ਸ਼ਰੀਫ ਦੇ ਖਿਲਾਫ ਉਹਨੂੰ ਖੜਾ ਕੀਤਾ ਨਵਾਜ਼ ਸ਼ਰੀਫ ਦੇ ਖਿਲਾਫ ਫਤਵੇ ਦਵਾਏ ਗਏ ਨਵਾਜ਼ ਸ਼ਰੀਫ ਨੂੰ ਕਾਫਰ ਔਰ ਕਾਦਿਆਨੀ ਔਰ ਪਤਾ ਨਹੀਂ ਕੀ ਕੀ ਅਖਵਾਇਆ ਗਿਆ ਉਹਦੇ ਤੇ ਹਮਲਾ ਕਰਵਾਇਆ ਗਿਆ ਉਹਦੇ ਬੰਦਿਆਂ ਤੇ ਗੋਲੀਆਂ ਚਲਵਾਈਆਂ ਗਈਆਂ ਉਹਦੀ ਪਾਰਟੀ ਦੇ ਬੰਦਿਆਂ ਨੂੰ ਪਾਰਟੀ ਛਡਵਾਈ ਗਈ ਕਿੰਨਾ ਚ ਕੀਤਾ ਸਾਰਾ ਕੁਝ ਉਹਨੇ ਹੀ ਜਿੰਨਾ ਤਾਲਬਾਨ ਬਣਾਇਆ ਸੀ ਔਰ ਅੱਜ ਏ ਟੀ ਐਲ ਪੀ ਪੰਜਾਬ ਦੀ ਐਮ ਕਯੂ ਐਮ ਬਣ ਚੁੱਕੀ ਹੈ ਔਰੇ ਕਿੰਨਾ ਬਣਾਈ ਜਿੰਨਾ ਤਾਲਬਾਨ ਬਣਾਏ ਸੀ ਤੇ ਇਸ ਵਾਸਤੇ ਇਹਨੂੰ ਅਗਰ ਹੁਣ ਖਤਮ ਨਾ ਕੀਤਾ ਇਹਨਾਂ ਨੂੰ ਅਗਰ ਰੇ ਰਾਸਤੇ ਲੈ ਕੇ ਨਾ ਆਏ ਤੇ ਪਤਾ ਨਹੀਂ ਕਿੰਨੇ ਸਾਲ ਤੁਹਾਨੂੰ ਲੱਗ ਜਾਣ ਇਹਨਾਂ ਨੂੰ ਖਤਮ ਕਰਤਿਆਂ ਕਰਤਿਆਂ ਕਿਉਂਕਿ ਜਿਹੜਾ ਨਾਰਾ ਇਹ ਲੈ ਕੇ ਟੁਰਦੇ ਨੇ ਉਹਦੇ ਤੇ ਜਿਹੜਾ ਆਮ ਜਾਹਲ ਅਨਪੜ ਆਦਮੀ ਹੈ ਜਿੰਨੂੰ ਤਾਲੀਮ ਨਹੀਂ ਇਸਲਾਮ ਦੇ ਜਿੰਨੂੰ ਤਰਜਮਾ ਨਹੀਂ ਆਂਦਾ ਕਿਸੇ ਚੀਜ਼ ਦਾ ਜਿਹਦਾ ਫਹਿਮ ਨਹੀਂ ਜਿਹਦੀ ਰਿਸਰਚ ਨਹੀਂ ਉਹ ਫੌਰੀ ਤੌਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਸ਼ਾਮਲ ਹੋ ਜਾਏਗਾ ਉਸ ਇੱਕ ਨਾਰੇ ਤੇ ਉਹਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਮਕਸਦ ਇਹਨਾਂ ਦਾ ਲੇਕਿਨ ਉਹ ਵਿਚਾਰਾ ਅਣਜਾਣੇ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੋ ਜਾਏਗਾ ਔਰ ਦੇ ਤੇਰੇ ਦੀ ਸ਼ੁਰੂ ਕਰ ਦੇਗਾ ਮਾਰ ਕਟਾਈ ਸ਼ੁਰੂ ਕਰ ਦੇਗਾ ਇਹ ਕਿੰਨਾ بڑا ਹੈ ਇਇ ਉਹਨਾਂ ਹੀ ਬਣਾਈ ਜਿੰਨਾ ਤਾਲਬਾਨ ਬਣਾਏ ਸੀ ਤੇ ਇਸ ਵਾਸਤੇ ਮੈਂ ਕਹਿ ਰਿਹਾ ਕਿ ਹੰਗਾਮਾ ਹੈ ਕਿਉਂ ਬਰਪਾ ਹੰਗਾਮਾ ਬਰਪਾ ਕਰਨ ਵਾਲੇ ਵੀ ਆਪ ਮਾਰਨ ਵਾਲੇ ਵੀ ਆਪ ਮਰਨ ਵਾਲੇ ਵੀ ਆਪ ਤੇ ਜ਼ਲੀਲ ਕੌਣ ਹੋ ਰਿਹਾ 24 ਕਰੋੜ ਪਾਕਿਸਤਾਨੀ ਜਿਹੜਾ ਮਹਿੰਗਾਈ ਤੋਂ ਪਿਸ ਰਿਹਾ ਬੇਰੋਜ਼ਗਾਰੀ ਤੋਂ ਪਿਸ ਰਿਹਾ नौकरियों तो पिसर है अपनी जिंदगी जी अजीरन करके बैठा लेकिन इस मुल्क नवें तो नव तजर्बाता जा रहा है ताकि चौबीस करोड़ आवाम मजीद जलील और रुसवा जाए पाकिस्तान जिंदाबाद